ਦਰਿਆ ਕੰਮ ਕਰਾਉਣਾ ਆ ਤੇ ਕਾਫੀ ਟਾਈਮ ਤੋਂ ਯਾਰ ਆਪਣਾ ਨਾ ਟਾਇਰਾਂ ਦਾ ਕੰਮ ਫਸਿਆ ਹੈਗਾ ਮੂਹਰ ਲੈਣ ਦਾ। ਲਓ ਜੀ ਮਿੱਤਰੋ ਫਲੋਰ ਪਹੁੰਚ ਗਏ ਆ, ਤੇਲ ਪਾਉਣ ਲੱਗੇ, ਟੰਗੀ ਫੁੱਲ ਕਰਾ ਲਈਏ। ਉਹ ਪੈਂਦਾ ਪਿਆ ਤੇ ਹੁੰਦੇ ਸੀਗੇ ਹੇਮ ਟਾਇਰ ਸਰਵਿਸ ਮਰਾੜਾ। ਤੁਹਾਨੂੰ ਹੁਣ ਆਪਣੇ ਜਿਹੜੇ ਟਾਇਰ ਪਾਉਣੇ ਉਹ ਵੀ ਦਿਖਾ ਦਿੰਦੇ ਹਾਂ। ਆਪ ਦੱਸੋ ਵੀ ਕਿਹੜਾ ਛੋਟਾ ਤੇ ਕਿਹੜਾ ਵੱਡਾ, ਉਹਨਾਂ ਨੂੰ ਨਾਲੇ ਮੇਰੇ ਖਿਆਲ ਦੋ ਤਿੰਨ ਚੂਚਾ ਹੋ ਗਿਆ ਇਹ। ਲਓ ਜੀ ਮਿੱਤਰੋ ਲੁੱਕ ਚੈੱਕ ਕਰੋ ਹੁਣ ਤੇ। ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਜੀ, ਹੋਪ ਕਰਦੇ ਸਾਰੇ ਵਧੀਆ ਹੋਊਗੇ, ਘੈਂਟ ਹੋਊਗੇ, ਆਪਾਂ ਪੂਰੇ ਘੈਂਟ ਹਾਂ। ਅਤੇ ਬਾਬਾ ਵੀ ਕਿੱਦਾਂ ਬਈ? ਹਾਂ ਬਾਬਾ ਬਹੁਤ ਜਗ੍ਹਾ 'ਤੇ ਮੱਥਾ ਟੇਕਣ ਲੱਗੇ ਹਾਂ ਸਵੇਰੇ ਸਵੇਰੇ ਆ ਕੇ ਚੱਲੇ ਸੀਗੇ। ਮਿੱਤਰੋ ਅੱਜ ਕਾਫੀ ਟਾਈਮ ਬਾਅਦ ਬਲੌਗ ਆਪਣਾ ਜਾਣ ਲੱਗਾ ਆ, ਥੋੜ੍ਹਾ ਚੱਕਰ ਰਹਿ ਗਿਆ ਆਪਣਾ। ਉਹ ਇੱਦਾਂ ਬਈ ਆਪਾਂ ਨੂੰ ਕੰਮ ਸੀਗਾ ਥੋੜ੍ਹਾ ਜਿਹਾ, ਘਰੇ ਚੱਲਦਾ ਪ੍ਰੋਗਰਾਮ ਜਿਹਾ ਸੀਗਾ, ਇਸ ਕਰਕੇ ਵੀ ਬਲੌਗ ਨਹੀਂ ਆ ਸਕਿਆ ਕੋਈ। ਤਾਂ ਹੁਣ ਆਪਾਂ ਬਲੌਗ ਜਿਹੜੇ ਆ ਲਈ ਆਉਣੇ ਆ ਨਾਲ ਨਾਲ, ਜਿਹੜਾ ਮਤਲਬ ਛਤਰੀ ਦਾ ਕੰਮ ਕਰਾਉਣਾ ਆ। ਅਤੇ ਕਾਫੀ ਟਾਈਮ ਤੋਂ ਯਾਰ ਆਪਣਾ ਨਾ ਟਾਇਰਾਂ ਦਾ ਕੰਮ ਫਸਿਆ ਸੀਗਾ ਮੂਹਰ ਲੈਣ ਦਾ। ਟਾਇਰ ਆਪਾਂ ਨੂੰ ਮੌਕੇ 'ਤੇ ਹੁਣ ਇੱਕ ਮਿਲਦੇ ਪਏ ਆ, ਭਾਅ ਜੀ ਨੂੰ ਕੀਤਾ ਫੋਨ, ਕਹਿੰਦੇ ਵੀ ਆ ਜਾਓ, ਤੁਹਾਨੂੰ ਦਿਖਾਤੇ ਵੀ ਕਿੱਥੇ ਜਾਣਾ ਆਪਾਂ, ਤੁਹਾਨੂੰ ਜਾ ਕੇ ਪਤਾ ਲੱਗ ਹੀ ਜਾਣਾ ਉੱਦਾਂ ਤਾਂ। ਅਤੇ ਉੱਥੇ ਜਾ ਕੇ ਤੁਹਾਨੂੰ ਟਾਇਰ ਹੁਣ ਆਪਣੇ ਮੂਹਰ ਲਏ ਆ ਉਹ ਵਾਲੇ ਚੇਂਜ ਕਰਾਉਣੇ ਆ। ਪਹਿਲਾਂ ਸਲਾਹ ਵੀ ਗੱਡੀ 'ਚ ਲੈ ਆਈਏ, ਪਰ ਟਾਇਰ ਅਸੀਂ ਕਿਹਾ ਵੀ ਗੱਡੀ 'ਚ ਨਹੀਂ ਲੈ ਕੇ ਆਉਣੇ ਹੈਗੇ, ਵੀ ਆਪਾਂ ਆਪ ਜਾ ਕੇ ਲੈ ਕੇ ਆਵਾਂਗੇ, ਟਰੈਕਟਰ 'ਤੇ ਜਾ ਕੇ ਫਿੱਟ ਕਰਕੇ ਲੈ ਕੇ ਆਵਾਂਗੇ। ਅਤੇ ਹੁਣ ਆਪਾਂ ਚੱਲੇ ਹਾਂ ਮਿੱਤਰੋ, ਤੁਹਾਨੂੰ ਨਾਲ ਨਾਲ ਦਿਖਾਉਂਦੇ ਹਾਂ, ਐਂਡ ਤੱਕ ਬਣੇ ਰਹੋ, ਬਲੌਗ ਬਹੁਤ ਘੈਂਟ ਹੋਣ ਲੱਗਾ ਆਪਣਾ ਅੱਜ। ਆਪਾਂ ਜਾਣਾ ਹੈਗਾ ਆ ਬਹੁਤ ਦੂਰ ਆਪਣੇ ਪਿੰਡੋਂ, ਅਤੇ ਸਵੇਰੇ ਸਵੇਰੇ ਨਿਕਲ ਕੇ ਟਾਈਮ ਕਰਨਾ ਆਪਾਂ ਵੀ ਦੇਖੀ ਤਾਂ ਹੈ। ਲਓ ਵੀ 9:30 ਹੋ ਗਏ ਆ, ਤੁਰਨ ਲੱਗੇ, ਫਿਰ ਵੀ 7 ਵਜੇ ਤਾਂ ਤੁਰਦੇ ਆ ਜੀ, 7 ਵਜੇ ਤੁਰਦੇ 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 9:30 ਹੋ ਗਏ ਆ। ਟਾਇਰਾਂ ਨੂੰ ਗਰੀਸ ਕਰਨੀ ਸੀ ਮਿੱਤਰੋ, ਫਰੰਟ ਵਾਲੇ ਨੂੰ ਆਹ ਦੇਖ ਲਓ, ਟਾਇਰਾਂ ਨੂੰ ਗਰੀਸ ਕਰਕੇ ਹਟੇ ਆ ਪਹਿਲਾਂ, ਵੇਖਿਆ ਜਾਣਾ ਆ ਦੂਰ, ਫਿਰ ਵੀ ਦਿੱਕਤ ਨਾ ਆਵੇ ਕੋਈ। ਅਤੇ ਜੇ ਪਾਣੀ ਨਿਕਲਿਆ ਉਹਦੇ, ਪਾਣੀ ਨਿਕਲਿਆ ਵਿੱਚੋਂ ਉਹਦੇ, ਤਾਂ ਕਰੇ ਆਪਾਂ ਵਧੀਆ ਕੀਤਾ ਗਰੀਸ ਕਰਤੀ। ਅਤੇ ਹੁਣ ਮਿੱਤਰੋ ਜਾਂਦੇ ਹਾਂ ਆਪਾਂ, ਜਾ ਕੇ ਤੁਹਾਨੂੰ ਦਿਖਾਉਂਦੇ ਹਾਂ। ਚਲੋ ਲਓ ਜੀ ਮਿੱਤਰੋ ਫਲੋਰ ਪਹੁੰਚ ਗਏ ਆ, ਤੇਲ ਪਾਉਣ ਲੱਗੇ, ਟੰਗੀ ਫੁੱਲ ਕਰਾ ਲਈਏ। ਉਹ ਪੈਂਦਾ ਪਿਆ ਆ, ਠੀਕ ਆ ਭਰਾ। ਅਤੇ ਹੁਣ ਆਪਾਂ ਬਸ ਟਾਈਮ ਤਾਂ ਹੋ ਗਿਆ 10:30 ਹੋ ਗਿਆ ਮੇਰੇ ਖਿਆਲ ਨਾਲ, ਅਤੇ 12-1 ਵਜੇ 'ਤੇ ਪਹੁੰਚ ਜਾਣਾ ਆਪਾਂ। ਅਤੇ ਜਾਂਦੇ ਰਸਤੇ, ਹੁਣ ਰਸਤੇ ਪਹਿਲਾਂ ਕੋਲ ਰੁਕਾਂਗੇ ਪੀਣ ਨੂੰ, ਪਿਆਜ਼ ਹੀ ਲੱਗੀ ਆ, ਪਾਣੀ ਰੱਖਿਆ ਨਹੀਂ ਕੋਲ, ਬਾਕੀ ਤੇਲ ਪਾਣੀ ਚੈੱਕ ਕਰ ਲਿਆ, ਓਕੇ ਆ ਸਾਰਾ ਕੁਛ। ਲੁੱਕ ਚੈੱਕ ਕਰੋ ਮਿੱਤਰੋ, ਟਰੈਕਟਰ ਦੀ ਕਿੱਦਾਂ ਦੀ ਡਈ ਆ, ਫਿਰ ਮੂਹਰੇ ਟਰੈ ਦੂਜੇ ਪੈ ਗਿਆ ਤਾਂ ਉਹਨੇ ਹੋਰ ਲੁੱਕ ਨਿਵੇਸ਼ ਕਰ ਦੇਣੀ, ਵੱਡਾ ਕਰ ਦੇਣੀ ਯਾਨੀ ਕਿ ਲੁੱਕ ਹੋਰ। ਬਾਕੀ ਕੋਈ ਨਹੀਂ, ਜਿਹੜੇ ਜਿਹੜੇ ਜਾਈ ਆਵਾਂਗੇ ਤੁਹਾਨੂੰ ਦਿਖਾਈ ਜਾਵਾਂਗੇ। ਲਓ ਵੀ ਮਿੱਤਰੋ ਪਹੁੰਚ ਗਏ ਡੈਸਟੀਨੇਸ਼ਨ 'ਤੇ ਆਪਾਂ ਆਪਣੀ ਵਾਲੀ 'ਤੇ, ਅਤੇ ਡੈਸਟੀਨੇਸ਼ਨ ਬਾਹਲੀ ਦੂਰ ਪੈ ਗਿਆ, ਟਾਇਰ ਵੀ ਵਿਚਾਰੇ ਹੁਣ ਤਾਂ ਜਾਂਦੇ ਲੱਗੇ ਆ, ਐਨ ਗੋਰੇ ਨਿਕਲਿਆ ਜੇ ਰਸਤੇ ਆਉਂਦੇ ਸੀਗੇ, ਹੇਮ ਟਾਇਰ ਸਰਵਿਸ ਮਰਾੜਾ। ਤੁਹਾਨੂੰ ਹੁਣ ਆਪਣੇ ਜਿਹੜੇ ਟਾਇਰ ਪਾਉਣੇ ਉਹ ਵੀ ਦਿਖਾ ਦਿੰਦੇ, ਹੁਣ ਖੋਲ੍ਹਣ ਲੱਗੇ ਆ। ਪਰ ਦੇਖ ਕੇ ਭਾਅ ਜੀ ਆਪਾਂ ਜੇ ਸਕਰੀਨ 'ਤੇ ਨਾ ਪਵੇ, ਜੇ ਮੂਹਰੇ ਲਾਉਣਾ ਮੂਹਰੇ ਲਾ ਲਓ, ਪਿੱਛੇ ਲਾਉਣਾ ਪਿੱਛੇ ਲਾ ਲਓ, ਹਾਂ ਮੂਹਰੇ ਇੱਥੇ ਲਾ ਲਾ, ਆਹੋ ਤਾਂ ਹੀ ਕਹਾਂ ਮੂਹਰੇ ਲਾ ਲਾ, ਕੋਈ ਚੱਕਰ ਨਹੀਂ। ਅਤੇ ਜੈਕ ਹੁਣ ਮੂਹਰੇ ਲਾਉਣਾ, ਥੱਲੇ ਬਾਲ ਲੱਗੀ ਕਰਕੇ ਥੱਲੇ ਜੈਕ ਨਹੀਂ ਲੱਗਣਾ, ਇਸ ਕਰਕੇ ਤੁਹਾਨੂੰ ਹੁਣ ਬਾਕੀ ਟਾਇਰ ਦਿਖਾ ਦਿੰਦੇ ਹਾਂ। ਹਾਂ ਮਿੱਤਰੋ ਚੈੱਕ ਕਰੋ, ਆ ਹੈਗਾ 14 L, ਸਕਰੀਨ 'ਚ ਸ਼ਾਇਦ ਮਾੜਾ ਮੋਟਾ ਵੀਡੀਓ 'ਚ ਨਾ ਦਿਸਣ, ਪਰ ਇਹ ਬਾਹਲੇ ਵੱਡੇ ਲੱਗਦੇ ਆ ਉਹਨਾਂ ਨਾਲੋਂ ਵੀ, ਉਹ 11 ਨੰਬਰ ਨਾਲੋਂ ਟਾਇਰ ਬਹੁਤ ਵੱਡਾ ਆ। ਅਤੇ ਇਹ ਹੈਗਾ 14 L, ਇਹ ਆ 14 L, ਆ ਇਸ ਨੰਬਰ ਲਿਖਿਆ 14 L, ਆਹ ਸੈਂਪਲ 11 ਨੰਬਰ ਹੀ ਆ, ਆਹ 10 ਇੱਦਾਂ ਆ ਗਿਆ ਆਪਣੇ ਵਾਲੇ ਜਿਹੜੇ ਪਏ ਆ 16 L, 16 ਨੰਬਰ ਮਿੱਤਰੋ, ਅਤੇ ਆਹ 14 ਤੋਂ ਬਾਅਦ 16 ਨੰਬਰ ਆ, ਉਹ ਤੋਂ ਵੀ ਵੱਡੇ ਆ, ਉਹਨਾਂ ਟਰੈਕਟਰ ਆਪਣਾ ਉੱਚਾ ਹੋ ਜਾਣਾ, ਗੱਲਬਾਤ ਪੂਰੀ ਐਨ ਬਣ ਜਾਣੀ ਆ। ਬਾਕੀ ਹੁਣ ਜੈਕ ਲਵਾ ਦਈਏ ਮਾੜਾ ਨਾਲ ਹੋ ਕੇ, ਉਹੀ ਕੰਮ ਨਾ ਹੋਵੇ, ਜੈਕ ਲਾ ਕੇ ਤੁਹਾਨੂੰ ਦਿਖਾਉਂਦੇ ਹਾਂ। ਲਓ ਵੀ ਮਿੱਤਰੋ ਟਾਇਰ ਖੋਲ੍ਹਤਾ ਇੱਕ, ਦੂਜਾ ਟਾਇਰ ਆਪਾਂ ਹੁਣ ਚਾੜ੍ਹਤਾ ਇੱਥੇ, ਅਤੇ ਦੇਖ ਲਈਏ ਸਪਿੰਡਰ ਸਪੂੰਡਰ ਨਾ ਲੱਗੇ। ਦੇਖੋ ਮਿੱਤਰੋ ਬਾਹਲੇ ਵੱਡੇ ਆ, ਬਾਕੀ ਤੁਹਾਨੂੰ ਹੁਣ ਪਤਾ ਲੱਗ ਹੀ ਜਾਣਾ। ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਸੀ ਮਿੱਤਰੋ ਇਹ ਚੀਜ਼ ਮਿਲ ਗਈ ਆਪਾਂ ਨੂੰ, ਅਤੇ ਕਿਉਂਕਿ ਪਿਛਲੇ ਟਾਇਰਾਂ ਦੇ ਨਾਲ ਮੂਹਰਲੇ ਟਾਇਰ ਵੀ ਕਈ ਵੀਰਾਂ ਦਾ ਮੈਸੇਜ ਆ, ਵੱਡੇ ਪਾਓ, ਚੌੜੇ ਪਾਓ, ਮੌਂਟ ਟਾਇਰ ਪਾਓ, ਮੌਂਟ ਟਾਇਰ ਵੀਰੋ ਥੱਲੇ ਬਹੁਤ ਰਹਿ ਜਾਂਦੇ ਆ, ਜਿੱਥੇ ਤੱਕ ਇਹਦਾ ਨਾ ਦੂਜਾ ਆਪਣਾ ਉਹਨੂੰ ਕੀ ਕਹਿੰਦੇ ਆ
ਰੈਮੇ ਆ ਉੱਥੇ ਜਾ ਕੇ ਤੇਰਾ ਦੂਆ ਰਹਿੰਦਾ ਉਹ ਜਿਹੜਾ 1945 ਸਤੋਰਾ ਆਪਾਂ ਜਿਹੜਾ ਆਪਾਂ ਕਹਿੰਦੇ ਆ ਦੂਖਤਾ ਉਹ ਥੱਲੇ ਰਹਿ ਜਾਂਦਾ ਆ ਆਪਾਂ ਨੂੰ ਟਾਇਰ ਜਿਹੜੇ ਉੱਚਾ ਹੁਣ ਇਹਨਾਂ ਗੱਲਬਾਤ ਪੂਰੀ ਬਣੀ ਆ ਬਾਕੀ ਤੁਸੀਂ ਲੁੱਕ ਦੇਖ ਹੀ ਸਕਦੇ ਆਪਣੇ ਹਿਸਾਬ ਨਾਲ ਕਿੱਦਾਂ ਦੀ ਲੱਗੀ ਹੁਣ ਦੂਜਾ ਪਾਸੇ ਵੱਲ ਪਾ ਕੇ ਟਾਇਰ ਤੁਹਾਨੂੰ ਦਿਖਾਉਂਦੇ ਹਾਂ ਹਾਂ ਆਹ ਟਾਇਰ ਨਾਲ ਲਾ ਦਿਓ ਕਰੀ ਇੱਧਰੋਂ ਮਿੱਤਰੋਂ ਖੁੱਲ ਗਿਆ ਦੇਖੋ ਹੁਣ ਤੁਹਾਨੂੰ ਦੋਨਾਂ ਟਾਇਰਾਂ ਦਾ ਡਿਫਰੈਂਸ ਦਿਖਾ ਦਈਏ ਪਹਿਲਾਂ ਵਾਲਾ ਤੇ ਹੁਣ ਵਾਲਾ ਆਹ ਦੇਖੋ ਹੁਣ ਆਪ ਦੱਸੋ ਵੀ ਕਿਹੜਾ ਛੋਟਾ ਤੇ ਕਿਹੜਾ ਵੱਡਾ ਉਹਨਾਂ ਨੂੰ ਨਾਲੇ ਮੇਰੇ ਖਿਆਲ ਦੋ ਤਿੰਨਾਂ 'ਚ ਉੱਚਾ ਹੋ ਗਿਆ ਇਹ ਦੋ ਤਿੰਨਾਂ 'ਚ ਉੱਚਾ ਹੋ ਗਿਆ ਬਸ ਠੀਕ ਆ ਭਾਜੀ ਓਕੇ ਆ देख लो मित्रों इदा ट्रैक्टर तैयार होंगे लोकी देख देंगे ट्रैक्टर कहते सोहना लगता है ट्रैक्टर इदा लगता है ट्रैक्टर मित्रों इदा नहीं सोहने लगते रात में जागना पैंता है कम करके आए हैं 11 बजे हूँ ही घरे आ गए नहा के दोनों ने बह गए आया इधर लै टायर भाई आ लै भाई सोलह एल मित्रो करो चेक लो जी मित्रो ਪਹਿਲਾਂ ਲੋਕ ਜਿਹੜਾ ਚੈੱਕ ਕਰੋ ਮਗਰੋਂ ਤੁਸੀਂ ਦੇਖ ਹੀ ਲਿਆ ਟਰੈਕਟਰ ਹੁਣ ਤੁਹਾਨੂੰ ਮੂਹਰੋਂ ਇੱਕ ਵਾਰੀ ਦਿਖਾਉਂਦੇ ਹਾਂ ਕਰੋ ਚੈੱਕ ਅੱਗੇ ਨਹੀਂ ਨਾ ਜਿੱਦਾਂ ਆਪ ਟਰੈਕਟਰ ਹੈ ਨਾ ਆਪਣਾ ਮੂਹਰੋਂ ਟਾਇਰ ਛੋਟੇ ਕਰਕੇ ਅੰਦਰ ਨੂੰ ਲੱਗਦਾ ਰਹਿੰਦਾ ਹੁੰਦਾ ਸੀਗਾ ਮੂਹਰੋਂ ਟਾਇਰ ਜਿਹੜੇ ਸੀਗੇ ਹੁਣ ਬਰੋਬਰ ਆ ਗਏ ਹਨ ਆਪਣੇ ਬਾਹਰਲੇ ਟਾਇਰਾਂ ਦੇ ਅਤੇ ਬਹੁਤ ਵਧੀਆ ਦੇਖੀ ਮਾੜਾ ਨਾਲ ਕਿੰਨਾ ਕੁ ਚਰ ਕਿੰਨਾ ਕੁ ਫਰਕ ਹੈਗਾ ਵਿੱਚ ਇਹਦੇ ਦੋ ਤਿੰਨ ਇੰਚੀ ਫਰਕ ਤਾਂ ਹੈਗਾ ਆ ਹੱਸ ਕੇ ਜ਼ਿਆਦਾ ਆ ਮਿੱਤਰੋ ਕਰੋ ਚੈੱਕ ਬਾਕੀ ਕਮੈਂਟ ਕਰਕੇ ਦੱਸ ਦਿਓ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਟਾਇਰ ਵੀ ਕਿੱਦਾਂ ਲੁੱਕ ਤੁਹਾਨੂੰ ਇਹ ਸਹੀ ਲੱਗੀ ਸਾਨੂੰ ਬਹੁਤ ਘੈਂਟ ਲੱਗੇ ਵੀਡੀਓ ਵਾਈਜ਼ ਸ਼ੇਅਰ ਜਾਂ ਜਸਟੀਫਾਈ ਨਾ ਹੁੰਦਾ ਹੋਵੇ ਜਦੋਂ ਟਰੈਕਟਰ ਨਾ ਸਾਹਮਣੇ ਆਉਂਦਾ ਫੇਰ ਬੰਦੇ ਨੂੰ ਪਤਾ ਲੱਗਦਾ ਵੀ ਹਾਂ ਇਹ ਕੀ ਚੀਜ਼ ਆ ਕੀ ਨਹੀਂ ਹੈਗੀ ਬਾਕੀ ਜਿਹੜੇ ਮੇਰੇ ਭਰਾ ਨੇ ਜੇ ਕਿਨੇ ਟਾਇਰ ਮਤਲਬ ਕਿ ਪਾਉਣੇ ਵੀ ਆ ਭਾਈ ਹੁਣਾਂ ਦੀ ਸ਼ੋਪ ਆ ਆਪਣੇ ਪਤਾ ਹੀ ਆ ਸਾਰਿਆਂ ਨੂੰ ਜਾਣੀ ਕਿ ਅਤੇ ਭਾਈ ਹੁਣਾਂ ਨੂੰ ਆਪਾਂ ਟਾਇਰ ਪਵਾਏ ਆ ਇਹ ਵਾਲੇ ਤਾਂ ਅਸੀਂ ਯਾਰ ਬਹੁਤ ਲੱਭੇ ਟਾਇਰ ਫਰੰਟ ਦੇ ਪਾਉਣ ਨੂੰ ਕਾਫੀ ਮਤਲਬ ਕਿ ਕਹਿੰਦੇ ਸੀਗੇ ਵੀ ਹਾਂ ਆਹ ਪਾ ਲਓ ਉਹ ਪਾ ਲਓ ਅਤੇ ਪਰ ਗੱਲਬਾਤ ਬਣਨੀ ਨਹੀਂ ਮਤਲਬ ਫਿਰ ਟਰੈਕਟਰ ਨੀਵਾਂ ਹੋ ਜਾਂਦਾ ਸੀ ਮੁਰੋਂ ਕਈ ਵੀਰਾਂ ਦਾ ਮੈਸੇਜ ਸੀਗਾ ਵੀ ਹਾਕੀ ਗੁੱਡੀ ਟਾਇਰ ਜਿਹੜੇ ਪਾਏ ਸੀ ਆਪਾਂ ਉਹ ਨੀਵੇਂ ਲੱਗਦੇ ਸੀਗੇ ਅਤੇ ਉਹ ਦੇਖ ਲਓ 2 ਫੁੱਟ ਟਾਇਰ ਉਦੋਂ ਵੀ ਛੋਟੇ ਆ ਅਤੇ ਉਹਨੇ ਫਿਰ ਨੀਵਾਂ ਕਰ ਦੇਣਾ ਸੀ ਟਰੈਕਟਰ ਆਪਣਾ ਆਹ ਟਾਇਰ ਆਪਾਂ ਨੂੰ ਮਤਲਬ ਕਿ ਵਧੀਆ ਮਿਲ ਗਿਆ ਬਾਕੀ ਤੁਹਾਨੂੰ ਹੁਣ ਦਿਖਾਉਂਦੇ ਹਾਂ ਕਰੀ ਮਾੜਾ ਟਰੈਕਟਰ ਘੁਮਾ ਕੇ ਲਾ ਦਈਏ ਟਰੈਕਟਰ ਘੁਮਾ ਕੇ ਲਾਉਂਦੇ ਹਾਂ ਲਓ ਜੀ ਮਿੱਤਰੋ ਲੁੱਕ ਚੈੱਕ ਕਰੋ ਹੁਣ ਅਤੇ ਇੱਕ ਵਾਰੀ ਮਾੜਾ ਹੁਣ ਟਰਾਈ ਲੈਣ ਚੱਲੇ ਆ ਮੁੰਡੇ ਟਰਾਈ ਲੈ ਉਹਨਾਂ ਤੋਂ ਇਹ ਪਤਾ ਲੱਗ ਜਾਣਾ ਵੀ ਹਾਂ ਕਿੱਦਾਂ ਲੱਗਦਾ ਆ ਲਓ ਵੀ ਮਿੱਤਰੋ ਗੋਡਾਊਨ 'ਚ ਆ ਗਏ ਹਾਂ ਟਾਇਰ ਕਰੋ ਚੈੱਕ ਧਾਂਕਾ ਦੀ ਧਾਂਕ ਜਿਹੜੇ ਵੀ ਕਿੱਦਾਂ ਪੋ ਵੀ ਟਾਇਰ 'ਤੇ ਟਾਇਰ ਚੜਿਆ ਪਿਆ ਆ ਰੈਮੀ ਬਹੁਤ ਪਏ ਆ ਮਿੱਤਰੋ ਪਰੇ ਰੈਮਾਂ ਦੀ ਧਾਂਕਾਂ ਲੱਗੀਆਂ ਆ ਆ ਟਾਇਰ ਮਿੱਤਰੋ ਜੇ ਕਿਸੇ ਨੇ ਭਰਾ ਨੇ ਲੈਣੇ ਆ ਨਾ ਦੂਜੇ ਕੋਈ ਬੁੱਤਾ ਬੁੱਤਾ ਲਾਉ ਜਾਂ ਲੈਣੇ ਹੋਣ ਟਰੈਕਟਰ ਦੇ ਆਉਂਦੇ ਬਹੁਤ ਸੋਹਣੇ ਸੋਹਣੇ ਟਾਇਰ ਪਏ ਆ ਕਈ ਵੀਰ ਜਾਣੇ ਹੁੰਦੇ ਨੇ ਮਿੱਟੀ ਮੁੱਟੀ ਵਾਲੇ ਹੁੰਦੇ ਜਿਹੜੇ ਆਪਣੇ ਟਾਇਰ ਘਸੇ ਪਾਉਂਦੇ ਆ ਦੁਬਾਰਾ ਫਿਰ ਦੁਬਾਰਾ ਉਹ ਟਾਇਰ ਇੱਥੋਂ ਲਿਜਾ ਸਕਦਾ ਬਹੁਤ ਸਹੀ ਆ ਟਾਇਰ ਪਏ ਇੱਥੇ ਬਾਕੀ ਉਹ ਬਰਫੀ ਵਾਲੇ ਟਾਇਰ ਪਏ ਆਉਂਦੇ ਅਤੇ ਆਇਆ ਉਹ ਵੀ ਬਾਹਰ ਨੂੰ ਚੱਲ ਗਏ ਹੁਣ ਆਪਾਂ ਰੈਮ ਵੀ ਲਿਜਾ ਸਕਦਾ ਰੈਮ ਤੁਹਾਨੂੰ ਦਿਖਾਉਂਦਾ ਮਿੱਤਰੋ ਆਹ ਰੈਮ ਜੀ ਦੇ ਨਵੇਂ ਮੈਕਾਂ ਦੇ ਐਮ ਜੀ ਗੱਡੀ ਦੇ ਬਹੁਤ ਹੈਵੀ ਮੈਕ ਆ ਇਹ ਰਿਮਾਂ ਦਾ ਹਾਕੀ ਗੁੱਡੀ ਟਾਇਰ ਬਹੁਤ ਪਏ ਆ ਆਹ ਰੈਮ ਚੈੱਕ ਕਰੋ ਮਿੱਤਰੋ ਰੈਮ ਅਤੇ ਰੈਮ ਆਹ ਟਾਇਰ ਬਹੁਤ ਸੋਹਣਾ ਆ ਹਾਂ ਰੇ ਆਹ ਟਾਇਰ ਨਹੀਂ ਨਹੀਂ ਇਹ ਆ ਜਾਣਾ ਹੈਗਾ ਪਰ ਆਪਾਂ ਪਾਉਣਾ ਨਹੀਂ ਹੈਗਾ ਮਿੱਤਰੋ ਇਹ ਵੀ ਪਾ ਸਕਦੇ ਸੀ ਪਹਿਲਾਂ ਸਲਾਹ ਬਣਦੀ ਸੀ ਇਹ ਵੀ ਪਾਉਣ ਦੀ ਪਰ ਆਪਾਂ ਮੁੜ ਕੇ ਜਿਹੜੇ ਆਉਣ ਵਾਲੇ ਪਾ ਇਹ ਕਿਉਂਕਿ ਕਈ ਭਰਾਵਾਂ ਨੇ ਪਾਏ ਦੇਖੇ ਹੋਣੇ ਆ ਆਪਾਂ ਤਾਂ ਫਿਰ ਉਹ ਵਾਲੇ ਪਵਾ ਲੈ ਆਹ ਫਿੱਟ ਕਰਕੇ ਦੇਖੋ ਕਿੱਦਾਂ ਲੱਗਦੇ ਆ ਸੋਹਣਾ ਆ ਟਾਇਰ ਇਹ ਵੀ ਸੋਹਣਾ ਲੱਗਦਾ ਮੈਨੂੰ ਟਾਇਰ ਇਹ ਬਹੁਤ ਸੋਹਣਾ ਟਾਇਰ ਆ ਅਤੇ ਬਾਕੀ ਆਪਣੀ ਆਪਣੀ ਚੋਇਸ ਆ ਬਾਕੀ ਤੁਹਾਨੂੰ ਹੁਣ ਜਾਂਦੇ ਹਾਂ ਹੁਣ ਇੱਥੋਂ ਬੱਸ ਹੋ ਗਿਆ ਭਾਈ ਨੇ ਗੱਲਬਾਤ ਮਾਰੀਏ ਸਾਰਾ ਤਾਂ ਤੁਰੀਏ ਆਇਆ ਹਰਮਨ ਭਰਾ ਆਉਂ ਟਰੈਕਟਰ ਖੜਾ ਆਪਣਾ ਮੋਵੀ ਕਿੱਦਾਂ ਲੱਗੇ ਤੈਨੂੰ ਫਿਰ ਟਾਇਰ ਤੂੰ ਸੁਣਾ ਗੱਲਬਾਤ ਮਾਮਾ ਕੋਈ ਵੀਡੀਓ ਸ਼ੇਅਰ ਯਾਰ ਨਾ ਲੱਗਣ ਆਪਾਂ ਵੀ ਦੇਖੇ ਆ ਵੀਡੀਓ ਹਾਂ ਸਾਡੇ ਤੈਨੂੰ ਬਹੁਤ ਲੱਗੇ ਸੋਹਣੇ ਅਸੀਂ ਖੁਸ਼ ਹਾਂ ਅਤੇ ਬਸ ਹੁਣ ਕੋਈ ਚੱਕਰ ਨਹੀਂ ਹੈਗਾ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਇੱਕ ਵਾਰੀ ਲਓ ਵੀ ਹੁਣ ਤੁਰਦੇ ਹਾਂ ਇੱਥੋਂ
लो जी मित्रों चाले पाउण लगे हूँ चाह चू पी ली है भाई ने सेवा पानी किया अपना पूरा तो हम चले आप ट्रैक्टर वालू तो चलीए आ जाओ मित्रों हाँ तो निकल गए आ जा लो मित्रों तो जरा की रिपोर्ट आ बाकी हम पेंड में चलीए पहला खाइए पीए भुख बहुत लगी है बैंक का सर्विस वाला डाउन आन डे गूगल पे हो नहीं रहा कि बड़ा शिकारी कुछ रहेगा तेरा लक आ लैदा ती टायर बाबा दिखते चल दी हरमन सिंह मार सैल पे कराया दी मार कैक चलीए चलो मित्रों हम जाने तेन मिलने ऐदा ही लो भी मित्रों पहुंच गए हैं पेंड हाँ जी बाहर ही भेजा गे जी तो आप पहुंच गए मित्रों हम पेंड टाइम कहना गया बाबी टाइम देखी तो चार बज गए 47 मिनट तो पहुंच गए आप पेंड नू मित्रों तो मौसम चेक करो यार मौसम बड़ा घेंट है अज तो इतने आ गए भरावा थक बहुत गए हैं लुधियाने रश ट्रैफिक तुम पता मित्रों जो पोल्यूशन पैंता कि मूँह हो जाता है थके पे हूँ फुल बड़ा फुल खूह तो सीधा आए थे घर नहीं गए हले घर ला नहीं गए थे अजय घर चल गया फिर दोबारा खूह से आवेंगे इसलिए सीधा ही खूह से आ गए तो कम कुम खूह नबेड़ के फिर जावे हम माड़ा मोटा सगा एक दो करने वाले काम तो हम बाकी तीन इतने अपना जो अज का ब्लॉग है इतने एंड कर देना है क्योंकि बस अपना जो मेन तो टायर का ही भी चल टायर पा गया आप दिखा दी अपने भरावान भी जो जो आप करके आए हाँ बाकी बोवी कि लगे तेन टायर बाकी अपने भरा हम कमेंटा ही दस देंगे भी हाँ कि टायर लगे साढ़े भरावान क्योंकि यार इदा भी ये चीज़ जी आप सही लगी क्योंकि इन्हें ट्रैक्टर देखो मित्रों एन लैवल के बच्चे ना खड़ा भी मूहरे ढाल आ फिर भी ट्रैक्टर एन सिरे ज मतलब एन सिरा इदा सही बनया इन्हें एन वधिया जाने के हिसाब का हो गया मूहरों भी एन देखा जाए तो टायर इन्हों के बराबर आ जाता एक हिसाब का बाला बाहर नहीं है जाने अंदर नहीं है और जो टायर से इतने तक ही रहते थे जी आ चौथी गुली है मतलब कि एक्सट्रा आ इतने तक ही रहते ही टायर फिर इन्हों 3-4 इंच ही खुल गया टायर इन्ना थोड़ा वधिया लगन लग पाया हूँ बाकी जो होर बाकी कह के है एक दो चीज़ा हड़े भी ये प्रोसैस के बच्चे यदा आप उदा पवा लै क्योंकि चल रही है बखरी चीज़ होजूगी थोड़ी जी बाकी जे आप होर कोई चीज़ वधिया मिलेगी वह भी आप पवा लैनी ठीक है वह भी कि भाई ने आ सरा ला ही दिता आ बाकी रिम चेक करो मित्रों कलर कुलर एन ओके आ रिम का कलर भी एन ओके आ रिम जिहड़ा आ भाई ने 15 इंची आपां खोल के दिता है जाने के आम नहीं 13 इंची रिम भाजी खोलता ही कहता भी 13 इंची खोली पर 15 खोल के दिता भाई ने अपन स्पैशल कहता इन्हें टायर जिहड़ा होर चौड़ा हो जाऊगा टायर चौड़ा हो भी गया जाने के उदा बाकी देखा जाए बाकी नालों चौड़ा आ टायर ये हुण मौके ते बाकी हुण अज तां हुण अहीं थक बहुत गए आ दिल करता भी मंजा लभदा हुण शरीर भी सौई जाके हौचके मित्रों बहुत पेंदे आ ट्रैक्टर ते जदों पजाईदा आ तुहानूं पता ही आ ते अज दा ब्लॉग आपां इत्थे एंड कर देना ते बाकी कल नूं ट्रैक्टर कढांगे अलाइनमेंट जी मैनूं लगदा इहदी आउट आ अलाइनमेंट भी करावांगे ते बोवी बाकी हुण बंदिआं नूं कह दे भरावा भी चंगा ते अगले हाँ घंटी दूर दवा दिओ सबसक्राइब जरूर करिओ मित्रों ते बाकी हुण तुहानूं अगले ब्लॉग दे विच मिलदे आ छतरी दा काम अपना हुण चलाउणा आ छतरी दे प्रयास शुरू करांगे ते अगले ब्लॉग तुहानूं मित्रों हुण मिलदे आ चलो ठीक आ मित्रों।